اسلام علیکم جی کی حال تمام دوستوں نے امید کرتے ہیں کہ تمام دوست ٹھیک ہوں گے جی الحمدللہ آج جی اپنے فارم تے گندم کی کاشت شروع کروا رہے ہیں جی گندم کی کاشت آپ ہر سال ڈرل کے ذریعے کر دیں اس طرح بھی ڈرل کرا رہے ہیں جی بیج تے کھاد اسی پا رہے ہیں جناب والا جی ਇਹਦੇ ਅਗਲੇ ਹਿੱਸੇ ਦੇ ਵਿੱਚ ਡੀ ਏ ਪੀ ਅਤੇ ਪਿਛਲੇ ਹਿੱਸੇ ਦੇ ਵਿੱਚ ਕਣਕ ਆ ਜਾਂਦੀ ਹੈ ਜੀ ਮਸ਼ੀਨ ਲੈ ਜਾ ਲਈ ਗੰਦਮ ਦੀ ਕਾਸ਼ ਬਜ਼ਰੀਏ ਡਰਿਲ ਕਰਨ ਨਾਲ ਖਾਦ ਜਿਹੜੀ ਹੈ ਪੌਦਿਆਂ ਦੀ ਜੜ੍ਹਾਂ ਦੇ ਕਰੀਬ ਜਾਂਦੀ ਹੈ ਜਿਹਦੀ ਵਜ੍ਹਾ ਤੋਂ ਪੌਦਿਆਂ ਨੂੰ ਯਕਸਾਂ ਮੁਹੱਈਆ ਹੁੰਦੀ ਹੈ ਜਿਹੜੀ ਕਿ ਗੰਦਮ ਵਾਸਤੇ ਬਹੁਤ ਮੁਫੀਦ ਹੁੰਦੀ ਹੈ ਇਸ ਤੋਂ ਇਲਾਵਾ ਫਸਲ ਦੀ ਜਿਹੜੀ ਜਰਮੀਨੇਸ਼ਨ ਹੁੰਦੀ ਹੈ ਉਹ ਬਿਹਤਰੀਨ ਹੁੰਦੀ ਹੈ ਔਰ ਪੌਦਿਆਂ ਦਾ ਉਗਾਓ ਯਕਸਾਂ ਹੁੰਦਾ ਹੈ ਮਤਲਬ ਕਿ ਬਰਾਬਰ ਹੁੰਦਾ ਹੈ ਕੁਝ ਕਾਸ਼ਤਕਾਰ ਬਰਾ ਜਿਹੜੇ ਨੇ ਉਹ ਡਰਿਲ ਕਰਦੇ ਵਾਸਤੇ ਕੁਝ ਚੀਜ਼ਾਂ ਗਲਤ ਕਰ ਜਾਂਦੇ ਨੇ ਜਿਹਦੀ ਵਜ੍ਹਾ ਤੋਂ ਉਹਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਆਪਣੇ ਇਲਾਕੇ ਦੇ ਵਿੱਚ ਦੋ ਤਰ੍ਹਾਂ ਦੀ ਨਾ ਬਿਲਾ ਡਰਿਲਾਂ ਚੱਲ ਰਹੀਆਂ ਨੇ ਇੱਕ ਕੋੜ ਵਾਲੀ ਅਤੇ ਦੂਜੀ ਡਿਸਕ ਵਾਲੀ ਜਿਹੜੀ ਆਪ ਕਰਾ ਰਹੇ ਜੀ ਇਹ ਜੀ ਡਿਸਕ ਵਾਲੀ ਡਿਸਕ ਵਾਲੀ ਜਿਹੜੀ ਉਹ ਗਹਿਰੀ ਨਹੀਂ ਜਾਂਦੀ ਅਤੇ ਜਿਹੜੀ ਕੋੜ ਵਾਲੀ ਹੁੰਦੀ ਉਹ ਜ਼ਿਆਦਾ ਗਹਿਰੀ ਚਲੀ ਜਾਂਦੀ ਹੈ ਜਦੋਂ ਬੀਜ ਜ਼ਿਆਦਾ ਗਹਿਰਾ ਚਲਾ ਜਾਂਦਾ ਤੁਹਾਡਾ ਉਗਾਓ ਜ਼ਿਆਦਾ ਦੇਰ ਨਾਲ ਆਉਂਦਾ ਸ਼ਗੂਫੇ ਨਹੀਂ ਬਣਦੇ ਅਤੇ ਗੰਦਮ ਦੀ ਫਸਲ ਜਿਹੜੀ ਉਹ ਕਮਜ਼ੋਰ ਰਹਿ ਜਾਂਦੀ ਹੈ ਜਿਹਦੀ ਵਜ੍ਹਾ ਤੋਂ ਔਸਤ ਘੱਟ ਆਉਂਦੀ ਹੈ ਡਰਿਲ ਅਤੇ ਕਾਸ਼ ਕਰਨ ਬਾਕੀ ਡਰਿਲ ਨੂੰ ਸਭ ਤੋਂ ਪਹਿਲੇ ਐਡਜਸਟ ਕੀਤਾ ਜਾਵੇ ਕਿ ਬੀਜ ਜਿਹੜਾ ਹੈ ਉਹ ਦੋ ਤਾਂ ਅੜਾਈ ਇੰਚ ਤੋਂ ਥੱਲੇ ਨਾ ਜਾਵੇ ਇਸ ਤੋਂ ਇਲਾਵਾ ਤੁਹਾਡਾ ਜਿਹੜਾ ਗੰਦਮ ਦਾ ਬੀਜ ਹੈ ਅਕਸਰ ਔਕਾਤ ਆਪਾਂ ਆਪਣੇ ਘਰ ਦਾ ਬੀਜ ਹੁੰਦਾ ਉਹ ਇਸਤੇਮਾਲ ਕਰਾਉਣਾ ਤੁਹਾਡੀ ਸਫਾਈ ਕਰਾਉਣੀ ਲਾਜ਼ਮੀ ਹੈ ਕਿਉਂਕਿ ਇਹ ਡਰਿਲ ਜਿਹੜੀ ਹੈ ਉਹ ਜਿਤਨਾ ਬੀਜ ਤੁਹਾਡਾ ਸਾਫ਼ ਹੋਵੇਗਾ ਉਹ ਅੱਛੀ ਤਰ੍ਹਾਂ ਚੱਲੇਗੀ ਇਹਦੇ ਵਿੱਚ ਬਾਜ਼ ਔਕਾਤ ਐਸਾ ਆ ਜਾਂਦਾ ਕਿ ਬੀਜ ਜਿਹੜਾ ਹੈ ਉਹ ਅਟਕ ਜਾਂਦਾ ਔਰ ਖਾਲੀ ਡਰਿਲ ਚਲਦੀ ਰਹਿ ਜਾਂਦੀ ਜਿਹਦੀ ਵਜ੍ਹਾ ਤੋਂ ਬਾਅਦ ਪਾੜੇ ਨਿਕਲ ਆਉਂਦੇ ਨੇ ਅਤੇ ਫਿਰ ਬਾਅਦ ਦਾ ਜਿਹੜਾ ਨਾ ਬੜੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਮੀਦ ਕਰਦੇ ਕਿ ਸਾਡੀ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਅਗਰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਅਗਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਅਜੇ ਤਾਂ ਚੈਨਲ ਸਬਸਕ੍ਰਾਈਬ ਲਾਜ਼ਮੀ ਕਰਨਾ ਜੀ ਸ਼ੁਕਰੀਆ